ਇਹ ਸਾਡੇ ਕੋਲ ਪ੍ਰੋਜੈਕਟ ਹੈਗਾ ਟ੍ਰੈਫਲਾਈਟ ਕੰਟਰੋਲਰ ਇੱਥੇ ਇਹ ਮੇਰੇ ਕੋ ਕਾਊਂਟਰ ਹੋ ਗਿਆ ਤੇ ਇਹ ਸਾਡੇ ਕੋਲ ਤਿੰਨ ਲਾਈਟਸ ਨੇ 레드 येलो ਦੀ ਜਗ੍ਹਾ ਤੇ ਉੱਤੇ ਮੈਂ ਬਲੂ ਲਾਈਟ ਲਗਾਈ ਹੋਈ ਹੈ ਤੇ 레드 ਨੂੰ ਟਾਈਮਰ ਦਿੱਤਾ ਹੋਇਆ 19 ਸੈਕਿੰਡ ਦਾ ਤੇ 19 ਸੈਕਿੰਡ ਕੰਪਲੀਟ ਹੋਣੇ ਵਾਲੇ ਨੇ ਇਸ ਵਕਤ ਟ੍ਰੈਫਿਕ ਜਿਹੜੀ ਹੈਗੀ ਇੱਕ ਪਾਸੇ ਦੀ ਸਟਾਪ ਹੈ ਨਾਉ ਹੁਣ ਬਲੂ ਹੋ ਗਈ ਯਾਨੀ ਕਿ येलो ਰੈਡੀ ਇਹਨੂੰ 5 ਸੈਕਿੰਡ ਦਾ ਟਾਈਮਰ ਦਿੱਤਾ ਹੋਇਆ ਤੇ ਗ੍ਰੀਨ ਦੇ ਲਈ ਟਾਈਮਰ ਦਿੱਤਾ ਹੋਇਆ 29 ਸੈਕਿੰਡ ਦਾ ਸੋ ਬੜਾ ਵਧੀਆ ਪ੍ਰੋਜੈਕਟ ਹੈ ਜਿਹੜਾ ਆਈਓਟੀ ਬੇਸਡ ਹੈਗਾ ਸੋ ਸਟੂਡੈਂਟਸ ਜਦੋਂ ਸਾਡੇ ਕੋਲੇ ਪ੍ਰਿੰਟ ਹੋ ਗਿਆ ਸੈਵਨ ਸੈਗਮੈਂਟ ਡਿਸਪਲੇ ਤਾਂ ਅਸੀਂ ਪੀਸੀਬੀ ਦੇ ਉੱਤੇ ਇਦਾਂ ਉਹਨੂੰ ਡਰਾ ਕਰ ਲਿਆ ਤੇ ਇਸ ਦੇ ਵਿੱਚ ਅਸੀਂ ਇੱਕ ਲਾਈਨ ਡਰਾ ਕਰ ਲਈ ਸੈਂਟਰ ਵਾਲੀ ਇਹ ਸੈਂਟਰ ਵਾਲੀ ਲਾਈਨ ਦੇ ਉੱਤੇ ਅਸੀਂ ਹਰ ਇੱਕ ਸੈਗਮੈਂਟ ਦੇ ਵਿੱਚ ਤਿੰਨ ਐਲਈਡੀ ਲਗਾ ਦਿੱ ਇਸ ਲਾਈਨ ਦੇ ਵਿੱਚ ਤਾਂ ਕਿ ਜਦੋਂ ਅਸੀਂ ਇਸ ਨੂੰ ਸੈਵਨ ਸੈਗਮੈਂਟ ਦੇ ਨਾਲ ਅਟੈਚ ਕਰੀਏ ਤਾਂ ਕੋਈ ਪ੍ਰੋਬਲਮ ਨਾ ਆਵੇ ਇਹਨੂੰ ਅਸੀਂ ਇੱਕ ਵੀਡੀਓ ਦੇ ਵਿੱਚ ਵੀ ਦੇਖਦੇ ਹਾਂ ਜਦੋਂ ਅਸੀਂ ਤਿੰਨ ਤਿੰਨ LED ਜਿਹੜੇ ਹੈਗੇ ਨੇ ਉਹ PCB ਦੇ ਉੱਤੇ ਲਗਾ ਦਾਂਗੇ ਤਾਂ ਸਾਡੇ ਕੋਲ ਇਦਾਂ ਦੇ ਆਉਟਪੁੱਟ ਆ ਗਈ। ਇਹ ਸਾਡੇ ਕੋਲ A ਹੋ ਗਿਆ। ਤੇ ਉਸ ਤੋਂ ਬਾਅਦ ਸਾਡੇ ਕੋਲ B ਇਸ ਪਾਸੇ ਆ ਗਿਆ। ਠੀਕ ਹੈ। ਦੈਨ C D E F ਔਰ G ਜਦੋਂ ਅਸੀਂ ਇਹ ਸਾਰੇ LEDs ਨੂੰ ਤਿੰਨ ਤਿੰਨ LED ਨੂੰ ਪਰ ਸੈਗਮੈਂਟ ਅਸੀਂ ਅ ਸ਼ੋਲਡਰ ਕਰਤਾ ਤਾਂ ਸਾਡੇ ਕੋਲੇ ਜਿਹੜੀ ਪੀਸੀਪੀ ਆਉਗੀ ਇਸ ਟਾਈਪ ਦੀ ਆਉਗੀ ਉਹਨੇ ਦੇ ਬੈਕ ਪੋਰਟਾਂ ਦੇ ਉੱਤੇ ਅਸੀਂ ਕੀ ਕੀਤਾ ਕਿ ਜਿਹੜੀਆਂ ਤਾਂ ਸਾਡੇ ਕੋਲੇ ਕਿਉਂਕਿ ਕਾਮਨ ਐਨੋਡ ਹੈ ਤਿੰਨ LED ਦਾ ਐਨੋਡ ਅਸੀਂ ਇੱਕ ਕੰਬਾਈਨ ਕਰਤਾ ਤੇ ਨਾਲ ਦੇ ਨਾਲ ਜਿਹੜਾ ਗਰਾਉਂਡ ਸੀਗਾ ਉਹਨੂੰ ਤਿੰਨਾਂ ਨੂੰ ਫਿਰ ਦੁਬਾਰਾ ਕੰਬਾਈਨ ਕਰਤਾ ਹੁਣ ਜਿਹੜਾ ਤਾਂ ਸਾਡੇ ਕੋਲੇ ਕਾਮਨ ਐਨੋਡ ਸੀਗਾ ਐਨੋਡ ਸਾਰੇ ਐਨੋਡ ਨੂੰ ਆਪਸ ਦੇ ਵਿੱਚ ਅਟੈਚ ਕਰਤਾ ਆ ਸਾਰੇ ਨੋਡ ਆਪਸ ਦੇ ਵਿੱਚ ਅਟੈਚ ਇਹ ਸਾਰੇ ਹਰ ਇੱਕ ਤਿੰਨ ਤਿੰਨ ਜਿਹੜੇ ਸੈਗਮੈਂਟ ਹੈਗੇ ਨੇ ਉਹਨਾਂ ਨੂੰ ਅਟੈਚ ਕਰਤਾ ਸੀ ਨੇ ਪਰਮਾਨੈਂਟਲੀ ਕਿਉਂਕਿ ਇਹ ਸਾਰਿਆਂ ਚ ਕਾਮਨ ਹੈ ਸੋ ਇਹ ਆਪਣੇ ਕੋਲੇ ਜਿਹੜੇ 7 ਸੈਗਮੈਂਟ ਸੀ ਉਹ ਸਾਰੇ ਦੇ ਸਾਰੇ ਅਟੈਚ ਹੋ ਗਏ ਇਹ ਸਾਡੇ ਕੋਲ ਕਾਮਨ ਐਨੋਡ ਹੋ ਗਿਆ ਯਾਨੀ ਕਿ ਇੱਥੇ ਸਾਡੇ ਕੋਲ ਜਾਊਗੀ ਪੋਜ਼ੀਟਿਵ ਸਪਲਾਈ ਇਹ ਸਾਡੇ ਕੋਲ ਪੋਜ਼ੀਟਿਵ ਸਪਲਾਈ ਹੋਊਗੀ ਹੁਣ ਹਰ ਇੱਕ ਦਾ ਜਿਹੜਾ ਸਾਡੇ ਕੋਲੇ ਨੈਗੇਟਿਵ ਹੈਗਾ ਆਹ ਸਾਡੇ ਕੋਲ ਨੈਗੇਟਿਵ ਇਹ ਸਾਡੇ ਕੋਲ A ਦਾ ਨੈਗੇਟਿਵ ਹੋ ਗਿਆ ਇਹ ਯਾਦ ਰੱਖਿਓ ਵੀ ਅਸੀਂ ਜੋ ਇਮੇਜ ਦੇਖ ਰਹੇ ਨੇ ਜਿਸ ਪਾਸੇ LED ਲਾਈਨ ਹੈ ਉਸ ਪਾਸੇ ਤੋਂ ਕਾਊਂਟ ਕਰਨੀ ਆ ਸੋ ਇਹ ਆ ਸਾਡੇ ਕੋਲ A ਹੋ ਗਿਆ ਇਹ ਸਾਡੇ ਕੋਲੇ B ਹੋ ਗਿਆ ਇਹ ਸਾਡੇ ਕੋਲੇ C ਹੋ ਗਿਆ ਇਹ D ਹੋ ਗਿਆ ਇਹ ਸਾਡੇ ਕੋਲੇ E ਤੇ ਇਹ ਹੋ ਗਿਆ F ਔਰ ਇਹ ਹੋ ਗਿਆ ਸਾਡੇ ਕੋਲੇ G ਸੈਗਮੈਂਟ ਹੁਣ ਜਿਹੜਾ A ਦਾ ਨੈਗੇਟਿਵ ਹੈਗਾ ਉਸ ਤੋਂ ਅਸੀਂ ਨੇ ਇੱਕ ਵਾਇਰ ਨੂੰ ਡਰਾ ਚੱਕ ਲਿਆ ਜੰਪਰ ਲਾਤ ਚੱਕ ਕੇ ਅਸੀਂ ਇੱਕ ਅਲੱਗ ਤੋਂ ਮੇਲ ਪੋਰਟ ਲਾਤੀ ਉੱਥੇ ਲਾਤਾ ਜਿਹੜੇ ਇਹਦੇ ਪੋਜ਼ਿਟਿਵ ਸੀਗੇ ਉਹਨਾਂ ਨੂੰ ਪਿੰਨ ਨੰਬਰ 1 ਦੇ ਉੱਤੇ ਲਾਤਾ ਇੱਥੇ ਸਾਡੇ ਕੋਲੇ ਪੋਜ਼ਿਟਿਵ ਸਪਲਾਈ ਆ ਗਈ ਜਿਹੜਾ ਨੈਕਸਟ ਪੁਆਇੰਟ ਸੀਗਾ ਇੱਥੇ ਅਸੀਂ ਪੁਆਇੰਟ A ਲਾਤਾ ਉਸੇ ਤਰੀਕੇ ਨਾਲ ਪੁਆਇੰਟ B ਆ ਜਿਹੜਾ ਪੁਆਇੰਟ B ਜਾ ਰਿਹਾ ਠੀਕ ਆ ਪੁਆਇੰਟ B ਨੂੰ ਅਸੀਂ ਉਹਰੇ ਅਟੈਚ ਕਰਤਾ ਇਸ ਪੁਆਇੰਟ ਦੇ ਉੱਤੇ ਆ ਸਾਡੇ ਕੋਲੇ ਪੁਆਇੰਟ B ਹੋ ਗਿਆ। ਦੈਨ ਨੈਕਸਟ ਸਾਡੇ ਕੋਲੇ C ਪੁਆਇੰਟ ਹੋ ਗਿਆ। ਉਸ ਤੋਂ ਬਾਅਦ D ਉਸ ਤੋਂ ਬਾਅਦ E ਉਸ ਤੋਂ ਬਾਅਦ F ਫਿਰ ਉਸ ਤੋਂ ਬਾਅਦ ਕੀ ਆ ਗਿਆ? G ਆ ਗਿਆ। ਸੋ ਇਹ ਪੁਆਇੰਟ ਸਾਡੇ ਕੋਲੇ ਆ ਗਏ। ਜਿਹੜੇ ਇਹ ਸਾਡੇ ਕੋਲ ਪੁਆਇੰਟ ਆਏ ਹੋਏ ਨੇ ਇਹਨਾਂ ਦੇ ਨਾਲ ਅਸੀਂ ਜਿਹੜਾ LED LED ਦਾ ਡਰਾਈਵਰ ਹੈਗਾ, ਯਾਨੀ ਇਹਦਾ 7 ਸੈਗਮੈਂਟ ਦਾ ਡਰਾਈਵਰ ਹੈਗਾ ਉਹਨੂੰ ਅਟੈਚ ਕਰਾਂਗੇ। ਇਹ ਅਸੀਂ 7 ਸੈਗਮੈਂਟ ਦਾ ਡਰਾਈਵਰ ਅ 0 ਪੀਸੀਬੀ ਦੇ ਉੱਤੇ ਅਸੈਂਬਲ ਕੀਤਾ ਤੇ ਇੱਥੇ ਸਾਡੇ ਕੋਲ ਆਈਸੀ ਲੱਗਿਆ ਹੋਇਆ ਆਈਸੀ ਹੈਗਾ ਸਾਡੇ ਕੋਲੇ 7447 ਇਹ ਸਾਡੇ ਕੋਲ ਡਰਾਈਵਰ ਆਈਸੀ ਹੈਗਾ ਇਹਨੂੰ ਆਪਾਂ ਇਹਦੀ ਵਰਕਿੰਗ ਆਪਾਂ ਡਿਟੇਲ ਦੇ ਵਿੱਚ ਲੇਟਰ ਆਨ ਦੇਖਦੇ ਆਂ ਤਾਂ ਇਹ ਜਿਹੜਾ ਆਪਣੇ ਕੋਲ ਪੋਰਸ਼ਨ ਹੈਗਾ ਇਹ ਵਾਲਾ ਇਸ ਪੋਰਸ਼ਨ ਨੂੰ ਅਸੀਂ ਨੇ ਜੋ ਅਸੀਂ ਪੀਸੀਬੀ ਬਣਾਈ ਸੀ 7 ਸੈਗਮੈਂਟ ਦੀ ਉਹਦੇ ਨਾਲ ਅਸੀਂ ਅਟੈਚ ਕੀਤਾ ਇੱਥੇ ਮੇਨਲੀ ਅਸੀਂ ਦੋ ਪਾਵਰ ਸਪਲਾਈ ਲਾਤੀ ਆਉਟਰ ਪੋਰਸ਼ਨ ਦੇ ਵਿੱਚ ਇੱਥੇ ਸਾਡੇ ਕੋਲ ਪਲੱਸ 5 ਵੋਲਟੇਜ ਆ ਗਈ ਇੱਥੇ ਸਾਡੇ ਕੋਲ ਕੀ ਆ ਗਈ ਗਰਾਉਂਡ ਵੋਲਟੇਜ ਇਹ ਸਾਡੇ ਕੋਲ ਗਰਾਉਂਡ ਵੋਲਟੇਜ ਹੋ ਗਈ ਤੇ ਇੱਥੋਂ ਅਸੀਂ ਨੇ ਪੁਆਇੰਟ A ਔਰ B ਆ ਸਾਡੇ ਕੋਲ ਪੁਆਇੰਟ A ਹੋ ਗਿਆ B C ਉਸੇ ਤਰੀਕੇ ਨਾਲ E F ਔਰ G ਤੱਕ ਚਲਾ ਗਿਆ ਤੇ ਇਹ ਸਾਡੇ ਕੋਲੇ IC ਨੂੰ ਅਸੀਂ ਅਸੈਂਬਲ ਕੀਤਾ ਹੋਇਆ ਆ ਦੂਸਰੀ ਸਾਈਡ ਇਹ ਸਾਡੇ ਕੋਲ ਕੰਪਲੀਟ ਡਾਇਗਰਾਮ ਹੈਗੀ ਆ ਇਹਦੇ ਵਿੱਚ ਸਾਡੇ ਕੋਲ ਇਹ ਮੋਡਿਊਲ ਆ ਗਿਆ 7 ਸੈਗਮੈਂਟ ਉਸ ਡਰਾਈਵਰ ਨੂੰ ਅਸੀਂ ਉਹਦੇ ਉੱਪਰ ਅਟੈਚ ਕਰਤਾ ਤੇ ਇੱਥੋਂ ਸਾਡੇ ਕੋਲੇ ਜਿਹੜੀ ਪੋਜ਼ਿਟਿਵ ਸਪਲਾਈ ਸੀ 5 ਵੋਲਟੇਜ ਉਹ ਦੇਤੀ ਆ ਸਾਡੇ ਕੋਲੇ ਗਰਾਉਂਡ ਵੋਲਟੇਜ ਚੱਲੀ ਗਈ ਤੇ ਇੱਥੋਂ ਸਾਡੇ ਕੋਲੇ ਚਾਰ ਪਿੰਨ ਨਿਕਲੀਆਂ ਜਿਹੜੀਆਂ ਅਸੀਂ ਲਗਾਈਆਂ ਜੀ ਪਿੰਨ ਨੰਬਰ 2 3 4 اور 5 ਦੇ ਉੱਤੇ ਇਹ ਸਾਡੇ ਕੋਲੇ ਫਸਟ ਮੋਡਿਊਲ ਲੱਗ ਗਿਆ ਇਹ ਪਹਿਲਾ ਮੋਡਿਊਲ ਹੋ ਗਿਆ ਤੇ ਜਿਹੜਾ ਸੈਕੰਡ ਮੋਡਿਊਲ ਹੈਗਾ ਅਸੀਂ ਲਗਾਵਾਂਗੇ ਉਹ ਨੈਕਸਟ 4 ਪਿੰਨ ਦੇ ਉੱਤੇ ਲਾਵਾਂਗੇ ਯਾਨੀ ਕਿ 6 7 8 ਤੇ 9 ਦੇ ਉੱਤੇ ਸਾਡੇ ਕੋਲੇ ਸੈਕੰਡ ਮੋਡਿਊਲ ਇਹ ਐਮ 2 ਲੱਗ ਗਿਆ ਜੀ ਇਹ ਸਾਡੇ ਕੋਲੇ ਐਮ 1 ਲੱਗ ਗਿਆ ਸੋ ਇਹ ਸਾਡੇ ਕੋਲ ਸਿੰਪਲ ਸਰਕਟ ਡਾਇਗਰਾਮ ਸੀਗਾ ਕੰਪਲੀਟ ਅਸੈਂਬਲ ਕੀਤਾ ਹੋਇਆ ਇਹਦੇ ਵਿੱਚ ਤਿੰਨ ਹਿੱਸੇ ਨੇ ਪਹਿਲਾ ਹਿੱਸਾ ਸਾਡੇ ਕੋਲੇ 7 ਸੈਗਮੈਂਟ ਦਾ ਹੋ ਗਿਆ ਠੀਕ ਹੈ ਸੈਕੰਡ ਜਿਹੜਾ ਪਾਰਟ ਹੋ ਗਿਆ ਉਹ ਇਹਦਾ ਡਰਾਈਵਰ ਹੋ ਗਿਆ ਤੇ ਥਰਡ ਪਾਰਟ ਜਿਹੜਾ ਹੋ ਗਿਆ ਉਹ ਸਾਡੇ ਕੋਲੇ ਆਈਓਟੀ ਡਿਵਾਈਸ ਯਾਨੀ ਕਿ ਆਰਡੀਨੋ ਉਨੋ ਸੋ ਹੁਣ ਅਸੀਂ ਡਾਇਗਰਾਮ ਦੇ ਦੁਆਰਾ ਸਮਝਦੇ ਹਾਂ ਸਰਕਟ ਡਾਇਗਰਾਮ ਕਿ ਸਾਡੇ ਕੋਲੇ ਮੋਡਿਊਲ ਆ ਗਿਆ 7 ਸੈਗਮੈਂਟ ਮੋਡਿਊਲ ਨੇ ਇਸ ਟਾਈਪ ਦੇ ਜਿਹੜੇ ਅਸੀਂ ਪ੍ਰਿੰਟ ਕੀਤੇ ਨੇ 3D ਪ੍ਰਿੰਟਰ ਦੇ ਵਿੱਚ ਤੇ ਹਰ ਇੱਕ ਮੋਡਿਊਲ ਦੇ ਵਿੱਚ ਅਸੀਂ ਤਿੰਨ LED's ਲਗਾਈਆਂ ਨੇ ਇਹ ਅਸੀਂ ਇਦਾਂ ਦੀ ਸਾਡੇ ਕੋਲੇ ਆਉਟਪੁੱਟ ਆਉਗੇ ਲਾਸਟ ਦੇ ਵਿੱਚ ਜਦੋਂ ਅਸੀਂ ਪ੍ਰਿੰਟ ਕਰ ਲਿਆ ਤੇ ਹਰ ਇੱਕ ਮੋਡਿਊਲ ਦੇ ਵਿੱਚ ਤਿੰਨ ਰੈੱਡ LED ਤੇ ਤਿੰਨ ਜਿਹੜੇ ਰੈੱਡ LED ਲਾਏ ਹੋਏ ਨੇ ਇਹਨਾਂ ਦੇ ਜਿਹੜੇ ਪੋਜ਼ਿਟਿਵ ਨੇ ਉਹ ਕੰਬਾਈਨ ਕਰਤੇ ਹਰ ਇੱਕ ਦੇ ਪੋਜ਼ੀਟਿਵ ਟਰਮੀਨਲ ਕੰਬਾਈਨ ਕਰਕੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਦਾ ਜਿਹੜੇ ਪੋਜ਼ੀਟਿਵ ਟਰਮੀਨਲ ਨੇ ਇਕੱਲੇ ਇਹ ਸਾਰੇ ਕੁ ਪੋਜ਼ੀਟਿਵ ਟਰਮੀਨਲ ਅਟੈਚ ਹੋ ਗਏ ਲੇਕਿਨ ਜਿਹੜੇ ਨੈਗੇਟਿਵ ਟਰਮੀਨਲ ਨੇ ਨੈਗੇਟਿਵ ਟਰਮੀਨਲ ਨੇ ਯਾਨੀ ਕਿ ਮਾਈਨਸ ਵਾਲੀ ਨੇ ਗਰਾਉਂਡ ਵੋਲਟੇਜ ਨੂੰ ਕਹਦ ਨੇ ਆਪਾਂ ਗਰਾਉਂਡ ਜਿਹੜੇ ਹੈਗੇ ਨੇ ਇਹਨਾਂ ਨੂੰ ਇੱਕ ਸਾਕਟ ਦੇ ਨਾਲ ਅਟੈਚ ਕਰਦਾ ਜਿੱਦਾਂ ਕਿ ਸਾਡੇ ਕੋਲੇ ਇਹਨੂੰ ਆਪਾਂ ਲਿਖ ਲਈਏ ਪਹਿਲਾਂ ਲਿਖ ਲਈਏ A B C D E F ਔਰ G ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੋਜ਼ਿਟਿਵ ਜਿਹੜਾ ਟਰਮੀਨਲ ਸੀਗਾ ਉਨਲੈ ਟੇ ਲਗਾ ਲਿਆ then a ਪੁਆਇੰਟ ਵਾਲਾ ਸ਼ੋਲਡਰ ਕਰਤਾ then b ਵਾਲਾ then c ਵਾਲਾ c ਪੁਆਇੰਟ then d ਪੁਆਇੰਟ ਫੇਰ ਇਸ ਤੋਂ ਬਾਅਦ e ਪੁਆਇੰਟ then f ਸਾਡੇ ਕੋਲੇ ਇਹੀ ਆ ਗਿਆ ਏ ਸਾਡੇ ਕੋਲੇ ਐਫ ਪੁਆਇੰਟ ਆ ਗਿਆ। ਦੈਨ ਜੀ ਪੁਆਇੰਟ। ਇਹ ਸਾਡੇ ਕੋਲੇ ਆਉਟਪੁੱਟ ਹੋ ਗਈ ਏ ਤੋਂ ਲੈ ਕੇ ਜੀ ਤੱਕ। ਇੱਥੇ ਸਾਡੇ ਕੋਲ ਕੀ ਹੋ ਗਈ? 5 ਬੁੱਟੇ ਚ। ਫਿਰ ਅਸੀਂ ਇੱਕ ਡਰਾਈਵਰ ਸਰਕਟ ਲਾ ਲਿਆ। ਜਿਹੜਾ ਡਰਾਈਵਰ ਹੈਗਾ ਆਈਸੀ ਉਹਦੇ ਵਿੱਚ ਯੂਸ ਆਊਟ ਕੀਤਾ ਹੋਇਆ ਅਸੀਂ ਨੇ 7447

ਹੁਣ ਜਦੋਂ ਅਸੀਂ ਇਹਨੂੰ ਕੰਬਾਈਨ ਕਰਨਾ ਇਹਦੇ ਵਿੱਚੋਂ ਜਿਹੜੀਆਂ 3 4 ਤੇ 5 ਇਹ ਆਪਸ ਦੇ ਵਿੱਚ ਸ਼ਾਰਟ ਸਰਕਟ ਨੇ ਇਹ ਸ਼ਾਰਟ ਸਰਕਟ ਹੈਗੀਆਂ ਪਿੰਨ ਨੰਬਰ 16 ਦੇ ਨਾਲ ਪਿੰਨ ਨੰਬਰ 16 ਦੇ ਉੱਤੇ ਸਾਡੇ ਕੋਲ ਕੀ ਆ 5 ਵੋਲਟੇਜ ਸਾਨੂੰ ਦੇਣੀ ਪੈਣੀ ਹੈ ਤੇ ਪਿੰਨ ਨੰਬਰ 8 ਦੇ ਉੱਤੇ ਸਾਡੇ ਕੋਲ ਕੀ ਆ ਗਰਾਉਂਡ ਵੋਲਟੇਜ ਏ ਪਿੰਨ ਨੰਬਰ 8 ਦੇ ਉੱਤੇ ਸਾਡੇ ਕੋਲ ਕੀ ਆ ਗਈ ਗਰਾਉਂਡ ਵੋਲਟੇਜ ਯਾਨੀ ਕਿ ਇਹ ਪਾਵਰ ਸਪਲਾਈ ਦੀ ਪਿੰਨ ਹੋ ਗਈ ਆ ਫਿਰ ਜਿਹੜੀ ਪਿੰਨ ਨੰਬਰ 16 ਹੈਗੀ ਆ ਉਹ ਅਸੀਂ ਇੱਥੋਂ ਅਟੈਚ ਕਰਕੇ ਇਹ ਅਸੀਂ ਪਿੰਨ ਨੰਬਰ 16 ਦੇ ਨਾਲ ਅਟੈਚ ਕਰਕੇ ਪਾਵਰ ਨੂੰ ਦੇ ਦਿੰਦੇ ਆ ਥੈਨ ਜੀ ਅਟੈਚ ਹੋਏਗਾ ਸਾਡੇ ਕੋਲੇ ਪਿੰਨ ਨੰਬਰ 14 ਦੇ ਉੱਤੇ ਤੇ 15 ਦੇ ਉੱਤੇ ਸਾਡੇ ਕੋਲੇ ਆ ਗਿਆ f ਇਹ ਸਾਡੇ ਕੋਲੇ g ਆ ਗਿਆ ਪੁਆਇੰਟ ਇਹ ਸਾਡੇ ਕੋਲੇ f ਆ ਗਿਆ then ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਪਿੰਨ ਨੰਬਰ 9 ਦੇ ਉੱਤੇ a i e f g then ਸਾਡੇ ਕੋਲੇ ਆ ਗਿਆ ਪਿੰਨ ਨੰਬਰ 10 ਦੇ ਉੱਤੇ then ਪੁਆਇੰਟ ਨੰਬਰ 11 12 ਤੇ ਇਹ ਸਾਡੇ ਕੋਲੇ ਆ ਗਿਆ ਪਿੰਨ ਨੰਬਰ 13 ਪਿੰਨ ਨੰਬਰ 7 ਠੀਕ ਹੈ ਪਿੰਨ ਨੰਬਰ 1 6 2 ਇਹ ਸਾਡੇ ਕੋਲੇ ਚਾਰ ਆਉਟਪੁੱਟ ਨੇ ਆਉਟਪੁੱਟ ਨਹੀਂ ਇਨਪੁੱਟ ਸੌਰੀ ਇਨਪੁੱਟ ਇਹ ਸਾਡੀਆਂ ਮਾਈਕਰੋ ਕੰਟਰੋਲਰ ਨੂੰ ਜਾਣ ਗਿਆ ਜਾਂ ਆਰਡੀਨੋ ਨੂੰ ਜਾ ਗਿਆ ਆਰਡੀਨੋ ਨੂੰ ਨੂੰ ਜਾਣ ਗਿਆ ਇਹ ਸਾਡੇ ਕੋਲ A ਤੋਂ ਲੈ ਕੇ A B C ਆਰ D ਇਹ ਜਿਹੜੇ ਪੁਆਇੰਟ ਨੇ ਇਹ ਕੰਟਰੋਲ ਕਰਨਗੇ ਆਉਟਪੁੱਟ ਸੋ ਹੁਣ ਅਸੀਂ ਕੋਡ ਸਮਝਦੇ ਆਂ ਵੀ ਕੋਡ ਦਾ ਕਿਵੇਂ ਲਿਖਣਾ ਸੋ ਇਹ ਕੋਡ ਇੱਕ ਲਿਖਿਆ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਜਿਹੜਾ ਮੋਡਿਊਲ 1 ਹੈਗਾ ਉਹਦੀਆਂ ਕੰਟਰੋਲ ਪਿੰਨ ਡਿਫਾਈਨ ਕਰਦੇ ਆਂ ਇਹ ਕੰਟਰੋਲ ਪਿੰਨ ਨੇ ਮੋਡਿਊਲ 1 ਦੀਆਂ ਉਸੇ ਤਰੀਕੇ ਨਾਲ ਕੰਟਰੋਲ 2 ਦੀਆਂ ਜਿਹੜੀਆਂ ਮੋਡਿਊਲ 2 ਦੀਆਂ ਜਿਹੜੀਆਂ ਕੰਟਰੋਲ ਪਿੰਸ ਨੇ ਉਹਨਾਂ ਨੂੰ ਅਸੀਂ ਇੱਥੇ ਡਿਫਾਈਨ ਕਰਤਾ ਇਹਦੇ ਵਿੱਚ ਜਿਹੜਾ ਪਹਿਲਾ ਮੋਡਿਊਲ ਲਾਇਆ ਹੋਇਆ ਕਿਉਂਕਿ ਚਾਰ ਸਾਨੂੰ ਪਿੰਨ ਚਾਹੀਦੀਆਂ ਨੇ ਤਾਂ ਚਾਰ ਪੁਆਇੰਟ ਚਾਹੀਦੇ ਨੇ ਪਿੰਨ ਨੰਬਰ 2 3 4 5 ਇਹਦੇ ਉੱਤੇ ਅਸੀਂ ਐਮ ਐਲ ਲਾਤਾ 6 7 8 ਤੇ 9 ਇਹਦੇ ਉੱਤੇ ਅਸੀਂ ਐਮ 2 ਜਿਹੜਾ ਮੋਡਿਊਲ ਹੈਗਾ ਉਹ ਲਗਾਤਾ ਉਸ ਤੋਂ ਬਾਅਦ ਤਿੰਨ ਜਿਹੜੀਆਂ LED ਸੀਗੀਆਂ ਇਹਨਾਂ ਨੂੰ ਅਸੀਂ ਅਟੈਚ ਕਰ ਲਿਆ ਪਿੰਨ ਨੰਬਰ 10 11 12 ਦੇ ਉੱਤੇ ਬੇਸਿਕਲੀ ਜਿਹੜਾ ਮੈਂ ਕੀਤਾ ਕਿ ਜਿਹੜਾ ਲਾਰਜ ਡਿਸਪਲੇ ਸੀਗਾ ਤੁਹਾਡੇ ਕੋਲ 7 ਸੈਗਮੈਂਟ ਡਿਸਪਲੇ ਇਦਾਂ ਬਣਾਇਆ ਹੋਇਆ ਸੀਗਾ ਠੀਕ ਹੈ ਇਹਦੇ ਨਾਲ ਅਸੀਂ ਤਿੰਨ ਟ੍ਰੈਫਿਕ ਲਾਈਟ ਲਾਤੀਆਂ ਕਿ ਟ੍ਰੈਫਿਕ ਲਾਈਟ ਦਾ ਇੱਕ ਪ੍ਰੋਜੈਕਟ ਬਣ ਗਿਆ ਜਿਹੜੀ ਫਸਟ ਲਾਈਟ ਸੀਗੀ ਇਹ ਹੋਗੀ ਰੈੱਡ ਦੂਜੀ ਹੋਗੀ yellow ਲੇਕਿਨ yellow ਮੇਰੇ ਕੋਲ ਫਿਲਹਾਲ ਅਵੇਲੇਬਲ ਨਹੀਂ ਹੈ ਇਸ ਕਰਕੇ ਮੈਂਨੇ ਇਸ ਦੀ ਜਗ੍ਹਾ ਦੇ ਉੱਤੇ ਯੂਜ਼ ਕਰ ਲਈ ਬਲੂ ਲਾਈਟ ਬਲੂ ਲਾਈਟ ਯੂਜ਼ ਕਰ ਲਈ ਤੇ ਜਿਹੜੀ ਥਰਡ ਲਾਈਟ ਸੀਗੀ ਉਹ ਸੀਗੀ ਸਾਡੇ ਕੋਲੇ ਗ੍ਰੀਨ ਠੀਕ ਸੋ ਇਹ ਤਿੰਨ ਲਾਈਟਾਂ ਸੀਗੀਆਂ ਇਹ ਜਿਹੜੀ ਲਾਈਟ ਸੀਗੀ ਇਹ ਪਿੰਨ ਨੰਬਰ 10 ਤੇ ਲਾ ਲਈ ਇਹ 11 ਤੇ ਲਾ ਲਈ ਇਹ 12 ਦੇ ਉੱਤੇ ਅਟੈਚ ਕਰ ਲਈ ਫਿਰ ਜਿਹੜਾ ਸੈਟਅਪ ਸੀਗਾ ਜਿਹਨੇ ਸਿਰਫ ਇੱਕ ਵਾਰ ਚਲਾਣਾ ਮੋਡਿਊਲ ਨੇ ਉਹਦੇ ਵਿੱਚ ਇਹਨਾਂ ਨੂੰ ਡਿਫਾਈਨ ਕਰਤਾ ਵੀ ਇਹ ਆਊਟਪੁੱਟ ਪਿੰਨਸ ਨੇ ਸਾਰੀਆਂ 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 ਆਊਟਪੁੱਟ ਪਿੰਨ ਆਪਾਂ ਡਿਫਾਈਨ ਕਰਤੀਆਂ ਤੇ ਇਹ ਵੇਰੀਏਬਲ ਡਿਫਾਈਨ ਕੀਤੇ ਹੋਏ ਨੇ ਤਾਂ ਕਿ ਸੌਖੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਚੇਂਜ ਕਰ ਸਕੀਏ ਤੇ ਪ੍ਰੋਗਰਾਮਿੰਗ ਦੇ ਵਿੱਚ ਯੂਜ਼ ਕਰ ਸਕੀਏ ਦੈਨ ਸੈਕੰਡ ਹੈ ਹੋ ਗਿਆ ਹੁਣ ਕੰਟਰੋਲ ਪਿੰਨ ਜਿਹੜੀਆਂ ਹੈਗੀਆਂ ਨੇ ਸਾਡੇ ਕੋਲੇ ਉਹ ਇੱਕ ਬਾਈਟ ਦੇ ਵਿੱਚ ਆਉਣੇ ਚਾਹੀਦੇ ਇਕੱਠੀਆਂ ਉਹਦੇ ਵਿੱਚ ਅਸੀਂ ਡਾਟਾ ਸੈਂਡ ਕਰਨਾ ਤਾਂ ਉਹਨਾਂ ਨੂੰ ਇੱਕ ਐਰੇ ਦੇ ਵਿੱਚ ਅਸੀਂ ਇਨਸਰਟ ਕਰ ਲਿਆ ਇੱਕ ਐਰੇ ਬਣਾ ਲਿਆ ਆ ਕੌਨ ਪਿੰਨਾਂ ਦਾ ਇਹ ਹੋ ਗਿਆ ਮੋਡਿਊਲ 1 ਦੇ ਲਈ ਇਹ ਵਾਲਾ ਅਸੀਂ ਮੋਡਿਊਲ 1 ਦੇ ਲਈ ਬਣਾ ਲਿਆ ਇਹ ਵਾਲਾ ਅਸੀਂ ਮੋਡਿਊਲ 2 ਦੇ ਲਈ ਬਣਾ ਲਿਆ ਇਸ ਤੋਂ ਬਾਅਦ ਕਿਉਂਕਿ ਸਾਡੇ ਕੋਲੇ 0 ਤੋਂ ਲੈ ਕੇ ਕਿੰਨੇ ਡਿਜੀਟ ਭੰਡੇ ਨੇ 9 ਡਿਜੀਟ ਭੰਡੇ ਨੇ ਤਾਂ ਉਹਨਾਂ ਦਾ ਬਾਈਨਰੀ ਕੋਡ ਲਿਖ ਲਿਆ ਯਾਨੀ ਕਿ ਬਾਈਟ ਨਾਂ ਦਾ ਜਿਹੜਾ ਸਾਡੇ ਕੋਲ ਡਾਟਾ ਟਾਈਪ ਸੀਗੀ ਉਹ ਅਸੀਂ ਡਿਕਲੇਅਰ ਕਰ ਲਈ ਠੀਕ ਹੈ ਬਾਈਟ ਨਾਂ ਦੀ ਡਾਟਾ ਟਾਈਪ ਦੇ ਵਿੱਚ 0 ਤੋਂ ਲੈ ਕੇ 9 ਤੱਕ ਇਹਦਾ ਮਤਲਬ ਹੈ 0 ਇਸਦਾ ਮਤਲਬ ਹੈ 9 ਇੱਥੇ ਤੱਕ ਅਸੀਂ ਇੱਕ ਐਰੇ ਕ੍ਰੀਏਟ ਕਰ ਲਿਆ ਨੈਕਸਟ ਅਸੀਂ ਇੱਕ ਇੰਟੀਜਰ ਡਿਫਾਈਨ ਕਰ ਲਿਆ ਵੇਰੀਏਬਲ ਡਿਫਾਈਨ ਕਰ ਲਏ ਦੋ ਇੱਕ ਫਸਟ ਡਿਜੀਟ ਇੱਕ ਸੈਕੰਡ ਡਿਜੀਟ ਫਿਰ ਇੱਕ ਫੰਕਸ਼ਨ ਬਣਾ ਲਿਆ ਫੰਕਸ਼ਨ ਦੇ ਵਿੱਚ ਅਸੀਂ ਇੰਟੀਜਰ ਵੈਲਿਊ ਪਾ ਲਈ। ਇੱਥੇ ਇਹ ਮੇਨ ਕੋਡ ਆ ਸਾਰਾ। ਇਸ ਦੇ ਵਿੱਚ ਇਹ ਹੋਊਗਾ ਵੀ ਡਿਸਪਲੇ ਕਰੂਗਾ। ਕਿਵੇਂ ਡਿਸਪਲੇ ਕਰੂਗਾ ਇਹ ਨੂੰ ਮੇਨ ਸਮਝਣ ਦੀ ਲੋੜ ਆ। ਇੱਥੇ ਇੱਕ ਇੰਟੀਜਰ ਵੈਲਿਊ ਪਾ ਲਈ। ਵੈਲਿਊ ਪਾਸ ਕਰੂਗਾ। ਵੀ ਸਪੋਜ਼ ਕਰੋ ਵੈਲਿਊ ਪਾਸ ਆਊਟ ਕੀਤੀ ਆ 86। ਜੇ 86 ਪਾਸ ਆਊਟ ਕੀਤੀ ਆ ਇਹ ਜਿਹੜੀ 86 ਨਾਂ ਦੀ ਵੈਲਿਊ ਸੀਗੀ ਇਹ ਵੈਲਿਊ ਨਾਂ ਦੇ ਵੇਰੀਏਬਲ ਦੇ ਵਿੱਚ ਚਲੀ ਗਈ। ਅਸੀਂ ਜਿਹੜਾ ਸੈਵਨ ਸੈਗਮੈਂਟ ਡਿਸਪਲੇ ਆ ਉਹਦੇ ਉੱਤੇ 86 ਜਿਹੜਾ ਹੈਗਾ ਉਹ ਡਿਸਪਲੇ ਕਰਦਾ 86 ਹੋ ਗਿਆ ਇਹ ਮੇਰੇ ਕੋਲੇ ਫਸਟ ਮੋਡਿਊਲ ਹੋਗਾ ਯਾਨੀ ਕਿ ਫਸਟ ਡਿਜੀਟ ਹੋ ਗਿਆ ਇਹ ਮੇਰੇ ਕੋਲੇ ਸੈਕੰਡ ਡਿਜੀਟ ਹੋ ਗਿਆ ਠੀਕ ਹੈ ਸੈਕੰਡ ਡਿਜੀਟ ਯਾਨੀ ਕਿ ਅਸੀਂ 0 ਤੋਂ ਲੈ ਕੇ ਮੈਕਸਿਮਮ ਤੱਕ ਕਿੰਨੇ ਡਿਜੀਟ ਅਸੀਂ ਡਿਫਾਈਨ ਕਰ ਸਕਦੇ ਹਾਂ 0 ਤੋਂ ਲੈ ਕੇ 99 ਤੱਕ ਹੁਣ ਇਹਨੂੰ ਦੋ ਹਿੱਸਿਆਂ ਦੇ ਵਿੱਚ ਤੋੜਨਾ ਦੋ ਹਿੱਸਿਆਂ ਦੇ ਵਿੱਚ ਤੋੜਨ ਦੇ ਲਈ ਕੀ ਆਪਾਂ ਸਟ੍ਰੈਟੇਜੀ ਲਾਈ ਜਿਹੜਾ 86 ਸੀਗਾ ਉਹਨੂੰ ਡਿਵਾਈਡ ਕਰ ਲਿਆ 10 ਦੇ ਉੱਤੇ ਜਦੋਂ ਡਿਵਾਈਡ ਕਰਾਂਗੇ 10 ਦੇ ਉੱਤੇ ਤਾਂ ਪਹਿਲਾਂ ਚੱਲਾ ਗਿਆ 8 ਦੇ ਉੱਤੇ ਯਾਨੀ ਕਿ 8T ਆ ਗਿਆ ਬਾਅਦ ਚ ਕੀ ਬਚ ਗਿਆ 6 ਇਹ ਸਾਡੇ ਕੋਲੇ ਕੋਸ਼ੈਂਟ ਆ ਗਿਆ ਇਹ ਸਾਡੇ ਕੋਲੇ ਰਿਮੇਂਡਰ ਆ ਗਿਆ ਇਹ ਕੋਸ਼ੈਂਟ ਆ ਗਿਆ ਇਹ ਕੀ ਆ ਗਿਆ ਰਿਮੇਂਡਰ ਆ ਗਿਆ ਹੁਣ ਇਸੇ ਚੀਜ਼ ਨੂੰ ਅਸੀਂ ਨੇ ਡਿਫਾਈਨ ਕਰਤਾ ਅਕੋਰਡਿੰਗ ਟੂ ਪ੍ਰੋਗਰਾਮਿੰਗ ਲੈਂਗੁਏਜ ਇੱਥੇ ਸਭ ਤੋਂ ਪਹਿਲਾਂ ਅਸੀਂ 10 ਨਾਲ ਡਿਵਾਈਡ ਕਰਕੇ ਉਹਦਾ ਜਿਹੜਾ ਰਿਮੇਂਡਰ ਸੀਗਾ ਉਹ ਅਸੀਂ ਸਟੋਰ ਕਰ ਲਿਆ ਸੈਕੰਡ ਡਿਜੀਟ ਦੇ ਵਿੱਚ ਤੇ ਜਿਹੜਾ ਕੋਸ਼ੈਂਟ ਹੈਗਾ ਉਹ ਫਸਟ ਡਿਜੀਟ ਦੇ ਵਿੱਚ ਸਟੋਰ ਕਰ ਲਿਆ ਇਹ ਵੈਲਿਊ ਨੂੰ ਅਸੀਂ ਪ੍ਰਿੰਟ ਕਰਾ ਲਿਆ ਇਹ ਜਸਟ ਆਪਣੀ ਇਨਫੋਰਮੇਸ਼ਨ ਦੇ ਲਈ ਪ੍ਰਿੰਟ ਕਰਾਇਆ ਉਸ ਤੋਂ ਬਾਅਦ ਇੱਕ ਲੂਪ ਚਲਾਈ ਲੂਪ ਚਲਾਈ 0 1 2 R3 ਤੱਕ ਚਾਰ ਡਿਜੀਟ ਨੇ ਤਾਂ ਸਾਡੇ ਕੋਲ ਜਿਹੜੀਆਂ ਕੰਟਰੋਲ ਪੈਨਸ ਨੇ ਨੰਮ ਡਿਜੀਟ ਜਿਹੜਾ ਸੀਗਾ ਕੰਟਰੋਲ ਪੈਨ ਸੀਗੀਆਂ ਉਹਨਾਂ ਨੂੰ ਅਸੀਂ ਰੀਡ ਕੀਤਾ ਆ ਚਾਰ ਵਾਰੀ ਇਕੱਠੇ ਚਾਰ ਵਾਰੀ ਆਪਾਂ ਰੀਡ ਕਰ ਲਿਆ ਆ ਰੀਡ ਕਰਕੇ ਕੰਟਰੋਲ ਪੈਨ ਨੂੰ ਤੇ ਪਰਟਿਕੂਲਰ ਜਿਹੜਾ ਡਿਜੀਟ ਸੀਗਾ ਉਹ ਅਸੀਂ ਉਸ ਪਰਟਿਕੂਲਰ ਪੁਆਇੰਟ ਦੇ ਉੱਤੇ ਉਸ ਨੂੰ ਹਾਈ ਜਾਂ ਲੋ ਕਰ ਆ ਲਿਆ ਅਕੋਰਡਿੰਗ ਟੂ ਕਿ ਸਾਡੇ ਜਿਹੜੀ LED ਹੈਗੀ ਆ ਉਹ ਗਲੋ ਕਰ ਸਕੇ ਐਥੋਂ ਸਾਡੇ ਕੋਲ ਕੰਟਰੋਲ ਪੈਨ ਚੱਲੇ ਗਈਆਂ ਇਹ ਵਾਲਾ ਸੀਗਾ ਸਾਡੇ ਕੋਲੇ ਮੋਡਿਊਲ A ਵਾਲਾ ਫਸਟ ਡਿਜੀਟ ਸਾਡੇ ਕੋਲ ਹੈਗਾ ਜੀ 8 ਤੇ ਸੈਕੰਡ ਡਿਜੀਟ ਸਾਡੇ ਕੋਲ ਹੈਗਾ 6 ਜਦੋਂ ਅਸੀਂ 8 ਇੱਥੇ ਇਨਸਰਟ ਕੀਤਾ ਤਾਂ ਇਸ ਐਰੇ ਦੇ ਵਿੱਚੋਂ 8th ਨੰਬਰ ਪੋਜੀਸ਼ਨ ਦੇ ਉੱਤੇ ਜੋ ਵੀ ਸਾਡੇ ਕੋਲੇ ਬਾਈਟ ਪਈਆਂ ਨੇ ਉਹ ਇੱਥੇ ਰੀਡ ਹੋ ਜਾਣਗੀਆਂ ਤੇ ਡਿਜੀਟਲ ਰਾਈਟਰ ਨੇ ਉਹ ਪਾਰਟਿਕੂਲਰ ਬਾਈਟ ਨੂੰ ਉੱਥੇ ਰਾਈਟ ਕਰ ਦੇਣਾ ਤਾਂ ਸਾਡੇ ਕੋਲੇ ਡਿਜੀਟਲ ডিসਪਲੇ ਦੇ ਉੱਤੇ ਕੀ ডিসਪਲੇ ਹੋ ਗਿਆ 8 ਡਿਸਪਲੇ ਹੋ ਗਿਆ ਸੈਕਿੰਡ ਡਿਜੀਟ ਨੇ ਕੀ ਕਰਨਾ ਜਿਹੜੀਆਂ ਸੈਕਿੰਡ ਕੰਟਰੋਲ ਪਿੰਸ ਨੇ ਉਹ ਹੈਗਾ ਸਾਡੇ ਕੋਲ ਵੈਲਿਊ 6 ਤਾਂ ਜਿਹੜਾ 6 ਨਾਂ ਦਾ ਐਰੇ 6 ਐਰ 6th ਪੋਜੀਸ਼ਨ ਦੇ ਉੱਤੇ ਜੋ ਵੀ ਵੈਲਿਊ ਪਈ ਆ ਸਾਡੇ ਕੋਲੇ ਬਾਈਟ ਦੇ ਵਿੱਚ ਉਹਨੂੰ ਰੀਡ ਕਰਕੇ ਇਹਨੇ ਉਹ ਪਾਰਟਿਕੂਲਰ ਜਿਹੜੀਆਂ ਪੁਆਇੰਟਸ ਸੀਗੇ ਉਹਨਾਂ ਨੂੰ ਆਨ ਕਰ ਦੇਣਾ ਤੇ ਡਿਲੇ ਲਾਤੀ 1 ਸੈਕਿੰਡ ਦੀ ਹੁਣ ਅਸੀਂ ਲੂਪ ਚਲਾ ਲਈ ਲੂਪ ਦੇ ਵਿੱਚ ਪ੍ਰੋਗਰਾਮ ਜਿਹੜਾ ਬਾਰ-ਬਾਰ ਰਿਪੀਟ ਹੋ ਰਿਹਾ ਅਸੀਂ ਫੰਕਸ਼ਨ ਨੂੰ ਕੀ ਕੀਤਾ ਕਾਲ ਕਰ ਲਿਆ ਇਸ ਪੁਆਇੰਟ ਦੇ ਉੱਤੇ ਹੁਣ ਇੱਕ ਟ੍ਰੈਫਿਕ ਲਾਈਟ ਕੰਟਰੋਲਰ ਬਣਾ ਲਿਆ ਇੱਥੇ ਸਾਡੇ ਕੋਲ ਟ੍ਰੈਫਿਕ ਲਾਈਟ ਜਿਹੜਾ ਸੀਗਾ ਆ ਉਹਨੂੰ ਮਤਲਬ ਕੰਟਰੋਲ ਕਿਵੇਂ ਕਰਨਾ ਉਹਦਾ ਕੋਡ ਲਿਖਤਾ ਜਿਹੜੀ ਰੈੱਡ ਸੀਗੀ ਉਹਨੂੰ ਅਸੀਂ ਹਾਈ ਕਰ ਲਿਆ yellow ਔਰ green ਨੂੰ ਕੀ ਕਰਤਾ ਅਸੀਂ ਲੋ ਕਰਤਾ ਇੱਥੇ ਲੋ ਕਰ ਲਿਆ ਤੇ ਇਹ ਕਿੰਨੀ ਦੇਰ ਤੱਕ ਚੱਲੂਗੀ ਰੈੱਡ ਕਿੰਨੀ ਦੇਰ ਤੱਕ ਹਾਈ ਰਹੂਗੀ 19 ਸੈਕਿੰਡ ਤੱਕ ਅਨ 19 ਸੈਕਿੰਡ ਹੋ ਗਿਆ ਇਹ ਮੈਂ ਤੁਹਾਨੂੰ ਵਰਕਿੰਗ ਸਮਝਾਈ ਚੁੱਕਿਆ ਕਿ ਇਹ ਫੰਕਸ਼ਨ ਜਦੋਂ ਇੱਥੇ ਆਊਗਾ ਤਾਂ ਇਹ ਵਾਲਾ ਕੋਡ ਜਿਹੜਾ ਸੀਗਾ ਇਹ ਸਾਰਾ ਸਾਰਾ ਕਾਲ ਹੋ ਜਾਊਗਾ ਇੱਥੇ ਮੇਰੇ ਕੋਲ 19 ਦਾ ਫਸਟ ਡਿਜੀਟ ਕੀ ਹੋਇਆ 1 ਹੋ ਗਿਆ ਸੈਕਿੰਡ ਡਿਜੀਟ ਕੀ ਹੋ ਗਿਆ ਮੇਰੇ ਕੋਲੇ 9 ਹੋ ਗਿਆ ਤਾਂ ਇੱਥੇ ਮੇਰੇ ਕੋਲ ਕਾਊਂਟਡਾਊਨ ਟਾਈਮਰ ਆ ਜਿਹੜਾ ਉਹ ਸਟਾਰਟ ਹੋ ਜਾਊਗਾ ਉਸ ਤੋਂ ਬਾਅਦ ਆਪਣੇ ਕੋਲੇ red ਨੂੰ ਅਸੀਂ ਲੋ ਕਰ ਲਿਆ yellow ਨੂੰ ਅਸੀਂ ਹਾਈ ਕਰਤਾ green ਨੂੰ ਅਸੀਂ ਲੋ ਕਰਤਾ ਤੇ ਇਹ ਦੁਬਾਰਾ ਫੰਕਸ਼ਨ ਨੂੰ ਕਾਲ ਕਰ ਲਿਆ ਇਹ ਫੰਕਸ਼ਨ ਕਦੋਂ ਤੱਕ ਚੱਲੂਗਾ ਜਦੋਂ ਤੱਕ 5 ਸੈਕਿੰਡ ਨਹੀਂ ਹੋ ਜਾਂਦੇ ਤੇ 5 ਸੈਕਿੰਡ ਤੋਂ ਬਾਅਦ ਫਿਰ ਇਹ ਦੋ ਲੋ ਹੋ ਗਏ green ਹਾਈ ਹੋ ਗਿਆ ਇਹਨੂੰ ਅਸੀਂ ਚਲਾ ਲਿਆ 29 ਸੈਕਿੰਡ ਤੱਕ ਇਹ ਕਦੋਂ ਤੱਕ 29 ਸੈਕਿੰਡ ਤੱਕ ਚੱਲੂਗਾ ਇੱਥੇ ਇੱਕ ਹੋਰ ਮੇਨ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਜਦੋਂ ਇਹ ਫੰਕਸ਼ਨ ਕਾਲ ਕੀਤਾ ਸਪੋਜ਼ ਕਰੋ ਇਹਦੇ ਵਿੱਚ ਵੈਲਿਊ ਇੱਥੇ ਪਾਸ ਆਊਟ ਕਰਤੀ 19 ਯਾਨੀ ਕਿ ਕੰਟਰੋਲ ਕਿੱਥੇ ਸ਼ਿਫਟ ਹੋ ਗਿਆ ਕੰਟਰੋਲ ਸ਼ਿਫਟ ਹੋ ਗਿਆ ਇਸ ਪੁਆਇੰਟ ਦੇ ਉੱਤੇ ਵੈਲਿਊ 19 ਆ ਗਈ 19 ਨੂੰ ਅਸੀਂ ਡਿਵਾਈਡ ਕੀਤਾ ਤਾਂ ਫਸਟ ਤੇ ਸੈਕੰਡ ਡਿਜੀਟ ਦੇ ਵਿੱਚ ਫਸਟ ਡਿਜੀਟ ਮੇਰੇ ਕੋਲੇ ਆ ਗਿਆ 1 ਤੇ ਸੈਕੰਡ ਡਿਜੀਟ ਮੇਰੇ ਕੋਲੇ ਕੀ ਆ ਗਿਆ 9 ਇਹ ਕਿਵੇਂ ਆ ਗਿਆ ਵੀ 19 ਨੂੰ ਅਸੀਂ 10 ਦੇ ਨਾਲ ਡਿਵਾਈਡ ਕਰ ਲਿਆ ਕੋਸ਼ੈਂਟ ਕੀ ਆਇਆ ਸਾਡੇ ਕੋਲੇ 1 ਤੇਰ ਰਿਮਿੰਡਰ ਕੀ ਆ ਸਾਡੇ ਕੋਲੇ 9 ਇਹ ਮੇਰੇ ਕੋਲੇ ਸੈਕੰਡ ਡਿਜੀਟ ਆ ਗਿਆ ਇਹ ਮੇਰੇ ਕੋਲੇ ਫਸਟ ਡਿਜੀਟ ਆ ਗਿਆ ਤਾਂ ਫਸਟ ਸੈਕੰਡ ਮੈਂ ਇੱਕ ਵੇਰੀਏਬਲ ਦੇ ਵਿੱਚ ਪਵਾ ਲੇ ਤਾਂ ਵੇਰੀਏਬਲ ਚ ਪਵਾ ਲੇ ਤਾਂ ਇਹ ਜਿਹੜਾ ਫਸਟ ਤੇ ਸੈਕੰਡ ਸੀਗਾ ਇਹਦੇ ਵਿੱਚੋਂ 1 ਜਦੋਂ 1 ਆ ਗਿਆ ਤਾਂ ਬਾਈਟ ਦੇ ਵਿੱਚ ਮੇਰੇ ਕੋਲੇ ਜਿਹੜਾ ਐਰੇ ਹੈਗਾ ਉਹਦੇ ਵਿੱਚ 3 4 5 6 7 8 ਤੇ 1 9 1 ਪੋਜੀਸ਼ਨ ਦੇ ਉੱਤੇ ਜਿਹੜੀ ਬਾਈਟ ਪਈ ਆ ਉਹ ਇੱਥੋਂ ਰੀਡ ਹੋਗੀ ਰੀਡ ਹੋ ਕੇ ਇਨਾ ਕੰਟਰੋਲ ਪਿੰਡ ਦੇ ਉੱਤੇ ਰਾਈਟ ਹੋ ਗਈ ਆਰਡੀਨੋ ਦੇ ਵਿੱਚ ਸਿਮਿਲਰਲੀ ਜਿਹੜਾ 9 ਸੀਗਾ 9 ਵਾਲੀ ਪੋਜੀਸ਼ਨ ਸੀ ਜਿਹੜੀ 9th ਬਾਈਟ ਸੀਗੀ ਉਹ ਇੱਥੋਂ ਰੀਡ ਹੋਈ ਅ ਰੀਡ ਹੋ ਕੇ ਸੈਕੰਡ ਕੰਟਰੋਲ ਪਿੰਸ ਦੇ ਉੱਤੇ ਇਹ ਰਾਈਟ ਹੋਊਗੀ ਡਿਲੇ ਆਈ ਸਾਡੇ ਕੋਲੇ 1 ਸੈਕਿੰਡ ਦੀ 1 ਸੈਕਿੰਡ ਤੋਂ ਬਾਅਦ ਦੁਬਾਰਾ ਇਹ ਜਿਹੜਾ ਮੇਰੇ ਕੋਲ 19 ਵੈਲਿਊ ਸੀਗੀ ਲੂਪ ਚਲੇਗੀ ਤਾਂ ਇਹ ਡਿਕਰੀਮੈਂਟ ਹੋ ਗਿਆ 19 ਤੋਂ ਅਗਲਾ ਅੱਖਰ ਕੀ ਆਇਆ 18 ਕਿਉਂਕਿ ਆ ਡਿਕਰੀਮੈਂਟ ਹੋ ਗਿਆ ਕੰਡੀਸ਼ਨ ਚੈੱਕ ਹੋਈ ਤਾਂ 18 ਨੂੰ ਦੁਬਾਰਾ ਉਹਦਾ ਕੋਸ਼ੈਂਟ ਕੱਢਿਆ ਤੇ ਉਹਦਾ ਰਿਮੇਂਡਰ ਕੱਢਿਆ ਤੇ ਕੋਸ਼ੈਂਟ ਮੇਰੇ ਕੋਲ 2 ਇੱਕ ਆਇਆ ਰਿਮੇਂਡਰ ਮੇਰੇ ਕੋਲੇ 8 ਆਇਆ ਤਾਂ ਜਿਹੜੀ 8th ਪੋਜੀਸ਼ਨ ਦੇ ਉੱਤੇ ਬਿਟ ਸੀਗੀ ਬਾਈਟ ਸੀਗੀਆਂ ਉਹ ਅਸੀਂ ਇੱਥੇ ਰੀਡ ਕਰ ਲਈਆਂ ਕੰਟਰੋਲ ਪਿੰਨ ਦੇ ਉੱਤੇ ਰਾਈਟ ਕਰ ਲਈਆਂ ਸੋ ਇਹ ਮੇਰੇ ਕੋਲ ਫੰਕਸ਼ਨ ਸੀਗਾ ਇਹਦੀ ਜਿਹੜੀ ਵੀਡੀਓ ਹੈਗੀ ਉਹ ਮੈਂ ਤੁਹਾਨੂੰ ਦਿਖਾਤੀ ਹੁਣ ਇਹ ਚ ਇੱਕ ਹੋਰ ਮੇਨ ਪੁਆਇੰਟ ਜਿਹੜਾ ਹੈਗਾ ਵੀ ਆਪਾਂ ਅਪਡੇਟ ਕੀ ਕਰ ਸਕਦੇ ਹਾਂ ਇਹ ਤਾਂ ਇੱਕ ਟ੍ਰੈਡੀਸ਼ਨਲ ਸਿਸਟਮ ਹੋ ਗਿਆ ਜਿਹਦੇ ਵਿੱਚ ਚੌਂਕ ਦੇ ਵਿੱਚ ਲਾਈਟਾਂ ਨੇ ਲਾਈਟਾਂ ਦੇ ਉੱਤੇ ਤਿੰਨ ਲਾਈਟਾਂ ਹੋ ਗਈਆਂ ਠੀਕ ਹੈ ਤੇ ਉਹਨਾਂ ਦੇ ਉੱਤੇ ਇੱਕ ਫਿਕਸਡ ਜਿਹੜਾ ਟਾਈਮਰ ਸੀਗਾ ਉਹ ਲੱਗਿਆ ਹੋਇਆ ਯਾਨੀ ਕਿ ਅਗਰ ਰੈੱਡ ਹੈਗੀ ਆ ਤਾਂ ਉਹ 29 ਸੈਕਿੰਡ ਲਈ ਔਨ ਕਰਤਾ yellow ਨੂੰ ਅਸੀਂ 5 ਸੈਕਿੰਡ ਲਈ ਔਨ ਕਰਤਾ ਤੇ ਗ੍ਰੀਨ ਨੂੰ ਅਸੀਂ ਨੇ ਔਨ ਕਰਤਾ 19 ਸੈਕਿੰਡ ਦੇ ਲਈ ਜਾਂ ਜੋ ਵੀ ਉਲਟਾ ਆਪਾਂ ਰੈੱਡ ਨੂੰ ਸਪੋਜ਼ ਕਰੋ 19 ਦੇ ਲਈ ਕਰਤਾ ਤੇ ਇਹਨੂੰ ਅਸੀਂ 29 ਸੈਕਿੰਡ ਦੇ ਲਈ ਔਨ ਕਰ ਲਿਆ ਲੇਕਿਨ ਇਹਦੇ ਚ ਅਪਡੇਟ ਇੱਕ ਹੋਰ ਹੋ ਸਕਦੀ ਹੈ ਵੀ ਇਹਨੂੰ ਡਾਇਨਾਮਿਕ ਬਣਾ ਸਕਦੇ ਹਾਂ ਡਾਇਨਾਮਿਕ ਕਿੱਦਾਂ ਬਣਾ ਸਕਦੇ ਆ ਵੀ ਸਪੋਜ਼ ਕਰੋ ਇੱਥੇ ਟ੍ਰੈਫਿਕ ਹੈਗੀ ਆ ਇੱਥੇ ਜ਼ਿਆਦਾ ਟ੍ਰੈਫਿਕ ਆ ਤਾਂ ਜਿਹੜੀ ਇਹ ਜ਼ਿਆਦਾ ਟ੍ਰੈਫਿਕ ਆ ਅਕੋਰਡਿੰਗ ਟੂ ਟ੍ਰੈਫਿਕ ਗ੍ਰੀਨ ਸਿਗਨਲ ਸੀਗਾ ਉਹ ਜ਼ਿਆਦਾ ਮਿਲੇ ਜਿੱਧਰਲੇ ਪਾਸੇ ਘੱਟ ਨੇ ਕੱਟਾ ਟ੍ਰੈਫਿਕ ਉਹਨੂੰ ਜਿਹੜਾ ਗ੍ਰੀਨ ਸਿਗਨਲ ਆਹੋ ਸ਼ਾਰਟ ਡਿਊਰੇਸ਼ਨ ਦਾ ਮਿਲੇ ਲੇਕਿਨ ਇਹਦੇ ਵਿੱਚ ਸਾਨੂੰ ਐਡੀਸ਼ਨਲ ਇਕੁਪਮੈਂਟ ਵੀ ਯੂਜ਼ ਕਰਨੇ ਪੈਣੇ ਨੇ ਐਡੀਸ਼ਨਲ ਇਕੁਪਮੈਂਟ ਕੀ ਹੋ ਸਕਦਾ ਕੈਮਰੇ ਹੋ ਸਕਦੇ ਨੇ ਜਾਂ ਕੋਈ ਸੈਂਸਰ ਵਗੈਰਾ ਹੋ ਸਕਦਾ